ਨਵਾਂ ਸਾਲ ਆ ਰਿਹਾ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ, ਤੁਸੀਂ ਕਿੰਨਾ ਕੁ ਐਕਸਾਈਟਿਡ ਹੋ? ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਜੀ। ਮੈਂ ਤਾਂ ਇਹ ਕਹਿ ਰਿਹਾ ਕਿ ਲੋਕਾਂ ਲਈ ਨਵਾਂ ਸਾਲ ਬਹੁਤ ਵਧੀਆ ਆਵੇ। ਐਜ਼ ਅ ਡਾਕਟਰ ਕੀ ਕਹਿਣਾ ਚਾਹੁੰਗੇ ਸਾਰੇ? ਐਜ਼ ਅ ਡਾਕਟਰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਹੈਲਥ ਦਾ ਅਸੀਂ ਧਿਆਨ ਰੱਖੀਏ ਨਵੇਂ ਸਾਲ 'ਤੇ। ਜਿੱਦਾਂ ਕਿ ਆਪਾਂ ਨੈਚੁਰਲ ਦੇ ਵਿੱਚ, ਜਿੱਦਾਂ ਅੱਜ ਰੋਜ਼ ਗਾਰਡਨ ਆਏ ਹਾਂ, ਇੱਥੇ ਸਾਰਾ ਕੁਛ ਨੈਚੁਰਲ ਹੀ ਹੈ, ਜਿੱਦਾਂ ਪੇੜ ਪੌਦੇ ਨੇ, ਬਹੁਤ ਵਧੀਆ ਪਾਰਕ ਹੈ। ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਕੁਛ ਹੋਟਲਾਂ ਤੋਂ, ਰੈਸਟੋਰੈਂਟਸ ਵਗੈਰਾ ਤੋਂ ਅਲੱਗ ਹੋ ਕੇ ਕੁਛ ਇੱਦਾਂ ਦੀਆਂ ਆਪਣੀ ਫੈਮਿਲੀ ਦੇ ਨਾਲ ਕੁਛ ਇੱਦਾਂ ਦੀ ਨੈਚੁਰਲ ਬਿਊਟੀ ਆਪਣੇ ਬੱਚਿਆਂ ਨੂੰ ਦੱਸੀਏ, ਕੁਛ ਆਪਣੀ ਹੈਲਥ ਦਾ ਧਿਆਨ ਰੱਖੀਏ ਨਵੇਂ ਸਾਲ 'ਤੇ, ਕੁਛ ਵਧੀਆ ਵਧੀਆ ਇੰਜੋਏ ਕਰੀਏ। ਇਹ ਜ਼ਰੂਰੀ ਹੈ ਕਿ ਸਾਰਾ ਦੇਸ਼ ਉੱਨਤੀ ਕਰੇ, ਸਾਰਾ ਦੇਸ਼ ਤੰਦਰੁਸਤ ਰਹੇ ਤੇ ਸਾਰੇ ਰਾਜ਼ੀ ਖੁਸ਼ੀ ਰਹਿਣ। ਤੇ ਨਿਊ ਇਅਰ ਆ ਰਿਹਾ, ਕੀ ਰੈਜ਼ੋਲੂਸ਼ਨ ਲੈ ਰਹੇ? ਨਿਊ ਰੈਜ਼ੋਲੂਸ਼ਨ ਆ ਰਹੇ ਨੇ ਆਪਣੇ, ਮਤਲਬ ਸੈਰ ਵਾਸਤੇ ਵੀ ਸੈਰ ਰੈਗੂਲਰ ਰੱਖਾਂਗੇ ਅਸੀਂ। ਪਿਛਲੇ ਸਾਲ ਪੂਰੀ ਰੈਗੂਲਰ ਰੱਖੀ ਹੈ, ਇਸ ਵਾਰ ਵੀ ਕੋਸ਼ਿਸ਼ ਹੈ ਵੀ ਆਪਣੀ ਸਿਹਤ ਵਾਸਤੇ ਰੱਖਾਂਗੇ। ਬਾਕੀ ਹੋਰ ਆਪਣੇ ਕਾਮਨਾ ਕਰਦੇ ਹਾਂ ਕਿ ਸਾਰੇ ਬੰਦੇ ਸਿਹਤਮੰਦ ਰਹਿਣ, ਠੀਕ ਰਹਿਣ। ਸਭ ਤੋਂ ਪਹਿਲੇ ਤਾਂ ਆਪਣੇ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖੋ ਅਤੇ ਅੱਛੇ ਅੱਛੇ ਤੁਸੀਂ ਮੈਸੇਜਸ ਦਿਓ, ਛੋਟੇ ਬੱਚਿਆਂ ਨੂੰ ਸਮਝਾਓ, ਪੜ੍ਹਾਈ ਲਿਖਾਈ ਵੱਲ ਆਪਣਾ ਧਿਆਨ ਦੇਣ, ਔਰ ਕਾਰੋਬਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਗਾ। ਅਸੀਂ ਤਾਂ ਜਿਹੜੇ ਗਰੀਬ ਬੱਚੇ ਹੈ ਸਲੰਮ ਦੇ ਵਿੱਚ ਰਹਿੰਦੇ ਹੈ, ਉਹਨਾਂ ਨਾਲ ਸੈਲੀਬ੍ਰੇਟ ਕਰਾਂਗੇ, ਉਹਨਾਂ ਨੂੰ ਸਟੇਸ਼ਨਰੀ ਵਗੈਰਾ ਜਾਂ ਕੁਛ ਹੋਰ ਖਾਣ ਪੀਣ ਦੀਆਂ ਚੀਜ਼ਾਂ ਡਿਸਟ੍ਰੀਬਿਊਟ ਕਰਕੇ। ਸਤਿ ਸ਼੍ਰੀ ਅਕਾਲ, ਤੁਸੀਂ ਸਾਰੇ ਦੇਖ ਰਹੇ ਹੋ ਲੁਧਿਆਣਾ ਲਾਈਵ ਅਤੇ ਮੈਂ ਤੁਹਾਡੀ ਆਪਣੀ ਤਵਲੀਨ ਕੌਰ, ਅਤੇ ਅੱਜ ਅਸੀਂ ਪਹੁੰਚ ਗਏ ਇੱਕ ਵਾਰ ਫਿਰ ਲੋਕਾਂ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਤੋਂ ਇਹ ਪੁੱਛਣ ਕਿ ਉਹਨਾਂ ਦਾ ਨਵੇਂ ਸਾਲ 'ਤੇ ਕੀ ਰੈਜ਼ੋਲਿਊਸ਼ਨ ਹੈ। ਨਵਾਂ ਸਾਲ ਆ ਰਿਹਾ, ਸਾਨੂੰ ਸਾਰਿਆਂ ਨੂੰ ਪਤਾ ਹੈ, ਅਤੇ ਹੁਣ ਅਸੀਂ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਵੀ ਸਾਂਝੇ ਕਰਦੇ ਹਾਂ। ਹੈਲੋ ਸਰ। ਹੈਲੋ ਮੈਮ। ਤੁਹਾਡਾ ਕੀ ਨਾਮ ਹੈ? ਡਾਕਟਰ ਹਰਦੀਪ ਕੁਮਾਰ ਜੀ। ਤੁਸੀਂ ਡਾਕਟਰ ਹੋ? ਹਾਂਜੀ ਮੈਮ, ਹਾਂਜੀ। ਅਤੇ ਨਵਾਂ ਸਾਲ ਆ ਰਿਹਾ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ, ਤੁਸੀਂ ਕਿੰਨਾ ਕੁ ਐਕਸਾਈਟਿਡ ਹੋ? ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਜੀ। ਮੈਂ ਤਾਂ ਇਹ ਕਹਿ ਰਿਹਾ ਕਿ ਲੋਕਾਂ ਲਈ ਨਵਾਂ ਸਾਲ ਬਹੁਤ ਵਧੀਆ ਆਵੇ। ਐਜ਼ ਅ ਡਾਕਟਰ ਕੀ ਕਹਿਣਾ ਚਾਹੁੰਗੇ ਸਾਰੇ? ਐਜ਼ ਅ ਡਾਕਟਰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਹੈਲਥ ਦਾ ਅਸੀਂ ਧਿਆਨ ਰੱਖੀਏ ਨਵੇਂ ਸਾਲ 'ਤੇ। ਜਿੱਦਾਂ ਕਿ ਆਪਾਂ ਨੈਚੁਰਲ ਦੇ ਵਿੱਚ, ਜਿੱਦਾਂ ਅੱਜ ਰੋਜ਼ ਗਾਰਡਨ ਆਏ ਹਾਂ, ਇੱਥੇ ਸਾਰਾ ਕੁਛ ਨੈਚੁਰਲ ਹੀ ਹੈ, ਜਿੱਦਾਂ ਪੇੜ ਪੌਦੇ ਨੇ, ਬਹੁਤ ਵਧੀਆ ਪਾਰਕ ਹੈ। ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਕੁਛ ਹੋਟਲਾਂ ਤੋਂ, ਰੈਸਟੋਰੈਂਟਸ ਵਗੈਰਾ ਤੋਂ ਅਲੱਗ ਹੋ ਕੇ ਕੁਛ ਇੱਦਾਂ ਦੀਆਂ ਆਪਣੀ ਫੈਮਿਲੀ ਦੇ ਨਾਲ ਕੁਛ ਇੱਦਾਂ ਦੀ ਨੈਚੁਰਲ ਬਿਊਟੀ ਆਪਣੇ ਬੱਚਿਆਂ ਨੂੰ ਦੱਸੀਏ, ਕੁਛ ਆਪਣੀ ਹੈਲਥ ਦਾ ਧਿਆਨ ਰੱਖੀਏ ਨਵੇਂ ਸਾਲ 'ਤੇ, ਕੁਛ ਵਧੀਆ ਵਧੀਆ ਇੰਜੋਏ ਕਰੀਏ। ਬਸ ਇਹੀ ਮੇਰਾ ਕਹਿਣਾ ਹੈ ਜੀ। ਬਾਕੀ ਸਾਨੂੰ ਨੈਚੁਰਲ ਬਿਊਟੀ ਵਧੀਆ ਲੱਗਦੀ ਹੈ, ਇਸ ਕਰਕੇ ਅਸੀਂ ਆਪਣੇ ਬੇਟੇ ਦਾ ਬਰਥਡੇ ਵੀ ਅੱਜ ਇੱਥੇ ਹੀ ਜਿਹੜਾ ਹੈ ਸੈਲੀਬ੍ਰੇਟ ਕੀਤਾ ਹੈ ਜੀ। ਇਹ ਸਾਨੂੰ ਇਸ ਕਰਕੇ ਬਹੁਤ ਵਧੀਆ ਲੱਗਦਾ ਹੈ, ਰੋਜ਼ ਗਾਰਡਨ, ਨੈਚੁਰਲ ਚੀਜ਼ਾਂ। ਲੁਧਿਆਣੇ ਦੇ ਵਿੱਚ ਇਹੋ ਜਿਹੇ ਫੰਕਸ਼ਨ ਛੋਟੇ ਮੋਟੇ ਹੀ ਕਰਨੇ ਵਧੀਆ ਲੱਗਦੇ ਹੈ ਜੀ, ਅਤੇ ਅਸੀਂ ਉਹੀ ਕਰਦੇ ਹਾਂ। ਅਤੇ ਤੁਹਾਡਾ ਕੋਈ ਨਿਊ ਈਅਰ ਰੈਜ਼ੋਲਿਊਸ਼ਨ ਹੈਗਾ? ਨਿਊ ਈਅਰ ਰੈਜ਼ੋਲਿਊਸ਼ਨ ਬਸ ਮੈਡਮ ਆਪਣਾ ਇਹੀ ਹੈ ਕਿ ਇੱਦਾਂ ਦੀ ਜਗ੍ਹਾ 'ਤੇ ਕਿੱਥੇ ਜਾਈਏ, ਕੁਛ ਨੈਚੁਰਲ ਬਿਊਟੀ ਦੇ ਵਿੱਚ ਹੀ ਇੰਜੋਏ ਕਰੀਏ। ਅਤੇ ਮੈਮ, ਤੁਹਾਡਾ ਨਿਊ ਈਅਰ ਦਾ ਰੈਜ਼ੋਲਿਊਸ਼ਨ ਕੀ ਹੈ? ਬਸ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਸਾਰੇ ਜਿਹੜੇ ਨੌਜਵਾਨ ਆ ਉਹ ਚੰਗੀ ਤਰ੍ਹਾਂ ਰਹਿਣ, ਆਪਦਾ ਲਿਮਿਟ ਨਾਲ ਰਹਿਣ, ਖਾਣ ਪੀਣ ਉਨਾ ਹੀ ਕਰਨ ਜਿੰਨਾ ਉਹਨਾਂ ਤੋਂ ਮਤਲਬ ਹੋ ਜਾਵੇ ਠੀਕ ਠਾਕ। ਹਾਂ, ਘਰਾਂ ਦੇ ਵਿੱਚ ਰਹਿਣ, ਬਾਹਰ ਨਾ ਘੁੰਮਣ। ਹੋਰ ਕੁਛ ਕਹਿਣਾ ਚਾਹੁੰਦੇ? ਬਸ ਖੁਸ਼ ਰਹਿਣ ਤੇ ਸਾਡੇ ਨਾਲ ਵਧੀਆ ਚੜ੍ਹੇ। ਤੇ ਜਿਹੜੀ ਸਾਡੀ ਅੱਜ ਦੀ ਯੰਗ ਜਨਰੇਸ਼ਨ ਆ, ਉਹਨਾਂ ਵਾਸਤੇ ਕੁਛ ਕਹਿਣਾ ਚਾਹੁੰਦੇ? ਉਹਨਾਂ ਵਿੱਚ ਇਹੀ ਆ, ਬਸ ਆਪਦਾ ਧਿਆਨ ਰੱਖਣ, ਬਾਕੀ ਮਤਲਬ ਆਪਦਾ ਕੇਅਰ ਕਰਨ, ਕਿਸੇ ਦੀ ਗੱਲਾਂ 'ਚ ਨਾ ਆਉਣ। ਹੈਲੋ ਸਰ। ਹੈਲੋ। ਤੁਹਾਡਾ ਕੀ ਨਾਮ ਹੈ? ਡਾਕਟਰ ਰਾਜੂ ਸਿੰਘ ਚੀਨਾ। ਤੁਸੀਂ ਡਾਕਟਰ ਹੋ? ਹਾਂਜੀ, ਮੈਂ ਡਾਇਰੈਕਟਰ ਹਾਂ ਗੈਸਟ੍ਰੋਐਂਟਰੋਲੋਜੀ ਦਾ, ਫੋਰਟਿਸ ਹਸਪੀਟਲ ਲੁਧਿਆਣਾ। ਓਕੇ, ਤੇ ਹੁਣ ਨਿਊ ਈਅਰ ਆ ਰਿਹਾ ਹੈ ਨਾ, ਤੁਹਾਡਾ ਕੀ ਰੈਜ਼ੋਲੂਸ਼ਨ ਨਿਊ ਈਅਰ ਤੇ? ਦੇਖੋ, ਨਿਊ ਈਅਰ ਤੇ ਰੈਜ਼ੋਲੂਸ਼ਨਸ ਜਿਹੜੇ ਹੈਗੇ ਆ, ਉਹ ਇਹ ਜ਼ਰੂਰੀ ਹੈ ਕਿ ਸਾਰਾ ਦੇਸ਼ ਉੱਨਤੀ ਕਰੇ, ਸਾਰਾ ਦੇਸ਼ ਤੰਦਰੁਸਤ ਰਹੇ ਤੇ ਸਾਰੇ ਰਾਜ਼ੀ ਖੁਸ਼ੀ ਰਹਿਣ।
ਸੋ ਐਜ਼ ਅ ਡਾਕਟਰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਜਿੰਨੀ ਚੀਜ਼ਾਂ ਨੂੰ ਆਪਾਂ ਰੋਕਥਾਮ ਕਰ ਸਕਦੇ ਹਾਂ, ਜਿੰਨੀ ਬਿਮਾਰੀਆਂ ਨੂੰ ਰੋਕਥਾਮ ਕਰ ਸਕਦੇ ਹਾਂ, ਉਹਨਾਂ ਕੋਸ਼ਿਸ਼ ਕਰਨ, ਲੋਕ ਤੰਦਰੁਸਤ ਰਹਿਣ, ਸੈਰ ਕਰਨ, ਠੀਕ ਠਾਕ ਖਾਣ ਅਤੇ ਅੱਗੇ ਵਧਣ। ਅਤੇ ਨਿਊ ਈਅਰ ਆ ਰਿਹਾ, ਕੀ ਰੈਜੋਲਿਊਸ਼ਨ ਲੈ ਰਹੇ? ਨਿਊ ਰੈਜੋਲਿਊਸ਼ਨ ਆ ਰਹੇ ਜੀ, ਆਪਣੀ ਮਤਲਬ ਸੈਰ ਵਾਸਤੇ ਵੀ ਸੈਰ ਰੈਗੂਲਰ ਰੱਖਾਂਗੇ ਅਸੀਂ। ਵੈਸੇ ਪਿਛਲੇ ਸਾਲ ਪੂਰੀ ਰੈਗੂਲਰ ਰੱਖੀ ਹੈ, ਇੱਕ ਤਾਂ ਇਸ ਵਾਰ ਵੀ ਕੋਸ਼ਿਸ਼ ਹੈ ਵੀ ਆਪਣੀ ਸਿਹਤ ਵਾਸਤੇ ਰੱਖਾਂਗੇ। ਬਾਕੀ ਹੋਰ ਆਪਣੇ ਕਾਮਨਾ ਕਰਦੇ ਹਾਂ ਕਿ ਸਾਰੇ ਬੰਦੇ ਸਿਹਤਮੰਦ ਰਹਿਣ, ਠੀਕ ਰਹਿਣ, ਸੈਰ ਕਰਨ, ਰੋਜ਼ ਆਉਣ, ਰੋਜ਼ ਗਾਰਡਨ ਦੇ ਵਿੱਚ ਸੈਰ ਕਰਨ। ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਬੀਤੇ, ਸਾਰੇ ਤੰਦਰੁਸਤ ਰਹਿਣ, ਸੈਰ ਕਰਨ, ਬਸ ਇਹੀ ਕੁਛ। ਹੋਰ ਇਹੀ ਹੈ, ਹੋਰ ਆਪਾਂ ਕੀ ਕਰ ਸਕਦੇ? ਨਿਊ ਈਅਰ ਤੇ ਕੀ ਕਰ ਰਹੇ ਹੋ? ਨਿਊ ਈਅਰ ਤੇ ਕੀ ਕਰ ਰਹੇ ਹੋ? ਬਾਹਰ ਆਉਣਾ ਜਾਣਾ ਹੋ ਗਿਆ, ਬੱਚਿਆਂ ਦਾ ਕੰਮ ਵੱਧ ਤੋਂ ਵੱਧ ਸੈਰ ਕਰ ਲਈ ਰੋਜ਼ ਗਾਰਡਨ। ਜਿਹੜੇ ਆਪਣੇ ਸਾਡੇ ਅਸੀਂ ਮੈਂਬਰ ਹੈਗੇ 5-10, ਉਹ ਜ਼ਰੂਰ ਅਸੀਂ ਪਾਰਟੀ ਕਰਾਂਗੇ ਪਹਿਲੇ ਨਿਊ ਈਅਰ ਦੇ ਵਿੱਚ ਇਕੱਠੇ ਹੋ ਕੇ, ਫਿਰ ਉੱਥੇ ਫਿਰ ਸਾਰੇ ਮਿਲਾ ਵਰਤਾਂਗੇ ਦੁਬਾਰਾ। ਹੈਲੋ ਸਰ। ਹੈਲੋ ਮੈਮ, ਕੀ ਨਾਮ ਹੈ ਤੁਹਾਡਾ? ਗੁਰਨੂਰ। ਤੁਸੀਂ ਕਿਹੜੀ ਕਲਾਸ ਹੋ? 7th। 7th ਵਿੱਚ ਹੋ? ਅੱਛਾ, ਨਿਊ ਈਅਰ ਆ ਰਿਹਾ ਹੈ ਨਾ, ਐਕਸਾਈਟਿਡ ਹੋ? ਹਾਂ। ਕੀ ਕਰਨਾ ਇਸ ਵਾਰੀ ਨਿਊ ਈਅਰ 'ਤੇ? ਐਡੀਟਿੰਗ ਬੜੀ ਅੱਛੀ ਸਿੱਖਣੀ ਆ। ਮਤਲਬ ਨਿਊ ਈਅਰ ਵਾਲੇ ਦਿਨ ਕੀ ਕਰਨਾ? ਬਸ ਮੌਜਾਂ ਕਰਨੀਆਂ। ਕਿੱਦਾਂ? ਬਸ ਖੁਸ਼ੀਆਂ ਮਨਾਵਾਂਗੇ ਆਪਣੇ ਪਰਿਵਾਰ ਨਾਲ। ਅਤੇ ਨਿਊ ਈਅਰ ਕੋਈ ਰੈਜੋਲਿਊਸ਼ਨ ਹੈ ਜੀ? ਬਸ ਆਹੀ ਹੈਗਾ ਕਿ ਆਪਣੇ ਆਪਣੇ ਫਿਊਚਰ ਲਈ, ਸੁਪਨਿਆਂ ਲਈ ਅੱਛੀ ਤਰ੍ਹਾਂ ਪ੍ਰੈਪਰੇਸ਼ਨ ਕਰਨੀ ਆ ਬਸ। ਤੁਹਾਡਾ ਕੀ ਨਾਮ ਹੈ? ਮੇਰਾ ਸਤਨਾਮ ਸਿੰਘ। ਅਤੇ ਨਿਊ ਈਅਰ ਆ ਰਿਹਾ ਹੈ ਨਾ, ਅਤੇ ਤੁਸੀਂ ਕੀ ਕਰਨਾ ਚਾਹੁੰਦੇ ਨਿਊ ਈਅਰ 'ਤੇ ਇਸ ਵਾਰੀ? ਮੈਂ ਨਿਊ ਈਅਰ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ ਮੈਮ, ਕਿਉਂਕਿ ਨਿਊ ਈਅਰ ਇਸ ਟਾਈਮ ਦਾ ਜਿਹੜਾ ਹਾਲਾਤ ਚੱਲ ਰਿਹਾ ਹੈ, ਲੋਕਾਂ ਨੂੰ 25 ਜਿਹੜੀ ਦਸੰਬਰ ਆ ਰਹੀ ਹੈ, ਕ੍ਰਿਸਮਿਸ ਡੇ ਲੋਕਾਂ ਨੂੰ ਬਹੁਤ ਚਾਹ, ਪਰ ਕਿਸੇ ਨੂੰ ਇਹ ਨਹੀਂ ਹੈ ਪਤਾ ਕਿ ਜਿਹੜੇ 7 ਸਾਲ ਅਤੇ 9 ਸਾਲ ਦੀ ਉਮਰ ਹੈ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਆ, ਲੋਕਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਕਿ ਕ੍ਰਿਸਮਿਸ ਡੇ ਮਨਾਉਂਦੇ ਨੇ, ਲੋਕਾਂ ਨੂੰ ਇਹ ਨਹੀਂ ਪਤਾ ਕਿ ਸ਼ਹੀਦੀ ਦਿਹਾੜਾ ਜਿਹੜਾ ਚੱਲਦਾ ਉਹਦੇ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ, ਅਤੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਹੜਾ 25 ਦਸੰਬਰ ਕ੍ਰਿਸਮਿਸ ਡੇ ਲੋਕ ਕਹਿੰਦੇ ਨੇ, ਪਰ ਕਿਸੇ ਨੂੰ ਇਹ ਨਹੀਂ ਪਤਾ ਕਿ 26, 27, 28 ਇਹ ਜਿਹੜੀਆਂ ਤਰੀਕਾਂ ਨੇ ਇਹ ਕੀ ਨੇ, ਪਰ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ। ਨਿਊ ਈਅਰ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਮੈਂ ਇਹ ਕਹਿਣਾ ਚਾਹੁੰਦਾ ਕਿ ਲੋਕ ਸਾਰੇ ਇਸ ਧਰਮਾਂ ਨੂੰ ਮੰਨਦੇ ਨੇ, ਪਰ ਜਿਹੜਾ ਸਿੱਖ ਧਰਮ ਨੂੰ ਸਭ ਤੋਂ ਵੱਡਾ ਜਿਹੜਾ ਉਹ ਹੋਇਆ ਸੱਕ ਹੈ, ਉਹ ਇਹ ਹੈ ਕਿ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਨੇ, ਉਹਨਾਂ ਵਾਸਤੇ ਥੋੜ੍ਹਾ ਦੇਖਣਾ ਚਾਹੀਦਾ ਲੋਕ। ਬਹੁਤ ਵਧੀਆ ਵਿਚਾਰ ਹੈ ਤੁਹਾਡੇ, ਥੈਂਕ ਯੂ ਸਰ। ਅਤੇ ਨਿਊ ਈਅਰ ਆ ਰਿਹਾ, ਕੀ ਰੈਜੋਲਿਊਸ਼ਨ ਹੈ? ਤੋਂ ਪਹਿਲੇ ਤਾਂ ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਨੂੰ ਤੁਸੀਂ ਮੌਕਾ ਦਿੱਤਾ ਔਰ ਪੁੱਛਿਆ ਕਿ ਨਵੇਂ ਸਾਲ ਨੂੰ ਕੀ ਕਰਨਾ। ਸਭ ਤੋਂ ਪਹਿਲੇ ਤਾਂ ਆਪਣੇ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖੋ, ਅਤੇ ਅੱਛੇ ਅੱਛੇ ਤੁਸੀਂ ਮੈਸੇਜਿਸ ਦਿਓ, ਛੋਟੇ ਬੱਚਿਆਂ ਨੂੰ ਸਮਝਾਓ, ਪੜ੍ਹਾਈ ਲਿਖਾਈ ਵੱਲ ਆਪਣਾ ਧਿਆਨ ਦੇਣ, ਔਰ ਕਾਰੋਬਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਗਾ। ਬਾਕੀ ਸਾਰਿਆਂ ਨੂੰ ਆਲ ਦਾ ਬੈਸਟ, ਹੈਪੀ ਨਿਊ ਈਅਰ। ਸਾਡਾ NGO ਹੈ, ਅਸੀਂ ਤਾਂ ਜਿਹੜੇ ਗਰੀਬ ਬੱਚੇ ਹੈ, ਸਲੰਮ ਦੇ ਵਿੱਚ ਰਹਿੰਦੇ ਹੈ, ਉਹਨਾਂ ਨਾਲ ਸੈਲੀਬ੍ਰੇਟ ਕਰਾਂਗੇ, ਉਹਨਾਂ ਨੂੰ ਸਟੇਸ਼ਨਰੀ ਵਗੈਰਾ ਜਾਂ ਕੁਛ ਹੋਰ ਖਾਣ ਪੀਣ ਦੀਆਂ ਚੀਜ਼ਾਂ ਡਿਸਟ੍ਰੀਬਿਊਟ ਕਰਕੇ। ਬਹੁਤ ਵਧੀਆ ਗੱਲ ਹੈ ਸਰ, ਤੁਸੀਂ ਕੀ ਕਹਿਣਾ?
ਨਾਲ ਹੀ ਇਹਨਾਂ ਦੇ ਸੇਮ ਅਸੀਂ ਨਹੀਂ ਆਪਣਾ ਤੁਹਾਡਾ ਖੁਦ ਦਾ ਕੋਈ ਨਿਊ ਈਅਰ ਰੈਜ਼ੋਲੂਸ਼ਨ ਹੋਵੇ ਨਹੀਂ ਖੁਦ ਤਾਂ ਨਹੀਂ ਤਕਰੀਬਨ ਇੱਦਾਂ ਹੀ ਅਸੀਂ ਸੈਲੀਬ੍ਰੇਟ ਕਰਦੇ ਸੀ ਇਕੱਠੇ ਰਹਿੰਦੇ ਹਾਂ ਤਕਰੀਬਨ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕੀ ਜਿਹੜੀ ਆ ਆਪਣੀ ਖੁਸ਼ੀਆਂ ਨੂੰ ਅਸੀਂ ਦੂਜੇ ਨਾਲ ਵੀ ਵੰਡ ਸਕੀਏ ਤੇ ਉਹਨਾਂ ਨੂੰ ਥੋੜਾ ਇੰਜੋਏ ਕਰ ਸਕਣ ਜਿਵੇਂ ਕਿ ਹੁਣੇ ਅਸੀਂ ਲੋਕਾਂ ਨਾਲ ਗੱਲ ਕੀਤੀ ਆ ਹਰ ਕਿਸੇ ਨੇ ਆਪਣੇ ਅਲੱਗ ਅਲੱਗ ਵਿਊਜ਼ ਰੱਖੇ ਆ ਸਾਡੇ ਅੱਗੇ ਤੇ ਹਰ ਕਿਸੇ ਦੀ ਅਲੱਗ ਅਲੱਗ ਰੈਜ਼ੋਲੂਸ਼ਨਸ ਨੇ ਪਰ ਇਸ ਵੇਲੇ ਨਿਊ ਈਅਰ ਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤੇ ਜੇਕਰ ਇੱਦਾਂ ਹੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਣੇ ਰਹੋ ਲੁਧਿਆਣਾ ਲਾਈਵ ਤੇ ਮੈਂ ਤਵਲੀਨ ਕੌਰ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਲੁਧਿਆਣਾ ਲਾਈਵ ਤੋਂ।